ਹਾਂਜੀ ਦੋਸਤੋ, ਇਹ ਇੱਕ ਐਸਾ ਡਾਂਸ ਹੈ ਜੀ, ਡਾਂਸ ਤਾਂ ਤੁਸੀਂ ਬਹੁਤ ਸਾਰੇ ਵੇਖੇ ਹੋਣਗੇ, ਕਦੇ ਆਪਣੀ ਵਾਈਫ ਦੇ ਨਾਲ ਡਾਂਸ ਕੀਤਾ ਹੋਊਗਾ, ਕਦੇ ਆਪਣੇ ਦੋਸਤਾਂ ਨਾਲ ਡਾਂਸ ਕੀਤਾ ਹੋਊਗਾ। ਇਹ ਸ਼੍ਰੀਲੰਕਾ ਦੇ ਵਿੱਚ ਹੈਗਾ ਹੈ ਡਾਂਸ, ਜਿਹੜਾ ਕਿ ਆਪਣੇ ਡੋਗਸ ਦੇ ਨਾਲ, ਆਪਣੇ ਪੱਪੀ ਦੇ ਨਾਲ ਬਿਲਕੁਲ ਵੱਖਰਾ ਡਾਂਸ ਹੈਗਾ। ਦੇਖੋ ਕਿੰਨਾ ਸੋਹਣਾ ਇੰਜੋਏ ਕਰ ਰਹੇ ਨੇ ਡੋਗ ਓਨਰ ਐਂਡ ਪੱਪੀਜ਼ ਵੀ। ਤੁਹਾਨੂੰ ਕਿੱਦਾਂ ਦਾ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ। ਥੈਂਕ ਯੂ।